ਸਵਰਨ ਸਿੰਘ ਟੈਣਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਜ ਦੀਆਂ ਸੁਰਖੀਆਂ ਕੀ ਨੇ ਜੀ? ਤਿੰਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ। ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਚੇਤਾਵਨੀ ਦਿੱਤੀ, ਪ੍ਰੋਫੈਸਰ ਭੁੱਲਰ ਦੀ ਰਿਹਾਈ ਰੱਦ ਦੇ ਉੱਤੇ ਰਾਜਨੀਤੀ ਸ਼ੁਰੂ। ਗੁਰਾਇਆਂ ਦੇ ਕੋਲ ਸੜਕ ਹਾਦਸੇ ਵਿੱਚ ਮੋਟਰਸਾਈਕਲ ਨੂੰ ਅੱਗ ਲੱਗੀ, ਦੋ ਜਣਿਆਂ ਦੀ ਮੌਤ ਹੋਈ। 2 ਮਹੀਨੇ ਦੇ ਵਿੱਚ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਕਰਨ ਦੇ ਹੁਕਮ। ਵੱਡੀ ਭੀੜ ਕਾਰਨ ਰਾਮ ਮੰਦਿਰ ਦਾ ਦਰਵਾਜ਼ਾ ਬੰਦ ਕਰਨਾ ਪਿਆ। ਪ੍ਰਗਟ ਸਿੰਘ ਨੇ ਮੁਹੱਲਾ ਕਲੀਨਿਕਾਂ ਦਾ ਮੁੱਦਾ ਚੁੱਕਿਆ। ਅੰਗੀਠੀ ਬਾਲ ਕੇ ਸੁੱਤੇ ਪਿਓ ਪੁੱਤ ਦੀ ਹੋਈ ਮੌਤ। ਮਾਇਆਵਤੀ ਵੱਲੋਂ ਅਕਾਲੀ ਦਲ ਨਾਲ ਗੱਠਜੋੜ ਤੋਂ ਕੋਰੀ ਨਾ। ਪ੍ਰਨੀਤ ਕੌਰ ਨਹੀਂ ਹੋਣਗੇ ਕਾਂਗਰਸ ਦੇ ਉਮੀਦਵਾਰ। 6 ਮਹੀਨੇ ਪਹਿਲਾਂ 6 ਤੋਲੇ ਦੀ ਸੋਨੇ ਦੀ ਚੋਰੀ ਕਰਨ ਵਾਲਾ ਚੋਰ ਮਾਲਕ ਨੇ ਖੁਦ ਲੱਭਿਆ। ਤੇ ਆਖਰੀ ਖਬਰ, ਨਵਜੋਤ ਸਿੰਘ ਸਿੱਧੂ ਕੱਲ੍ਹ ਜਾਣਗੇ ਕਰਤਾਰਪੁਰ ਸਾਹਿਬ। ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ। ਟੈਣਾ ਜੀ, ਪ੍ਰੋਫੈਸਰ ਭੁੱਲਰ ਦੀ ਰਿਹਾਈ ਰੱਦ ਹੋ ਗਈ? ਹਾਂ ਬਿਲਕੁਲ ਜੀ। ਦੇਖੋ ਗੱਲ ਵੀ, ਜਿਹੜੀ ਅਰਜ਼ੀ ਪਾਈ ਗਈ ਸੀ ਨਾ ਰਿਹਾਈ ਵਾਲੀ, ਉਹ ਜਿਹੜੀ ਸਜ਼ਾ ਦੇ ਉੱਤੇ ਰਿਵਿਊ ਕਮੇਟੀ ਆ ਉਹਦੇ ਵੱਲੋਂ ਰੱਦ ਕਰ ਦਿੱਤੀ ਗਈ ਆ। ਕਈ ਹੋਰ ਨਾਲ ਸਜ਼ਾ ਰੱਦ ਦੀ ਗੱਲ ਵੀ ਹੋਈ ਆ, ਕੁਝ ਕੁ ਦੀ ਰਿਹਾਈ ਦੀ ਗੱਲ ਦੇ ਉੱਤੇ ਸਹੀ ਵੀ ਪਈ ਆ, ਪਰ ਬਹੁਤਿਆਂ ਦੀ ਰਿਹਾਈ ਦੀ ਸਜ਼ਾ ਜਿਹੜੀ ਰੱਦ ਕਰ ਦਿੱਤੀ ਗਈ ਆ। ਤੇ ਪਰ ਅਰਜ਼ੀ ਰੱਦ ਕੀਤੀ ਗਈ ਹੈ ਤੇ ਉਹਨਾਂ ਦੇ ਵਿੱਚ ਇੱਕ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਆ। ਇਸ ਗੱਲ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ, ਜਥੇਦਾਰ ਸਾਹਿਬ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਤੇ ਕਈ ਹੋਰਨਾਂ ਨੇ ਇਹ ਗੱਲ ਕਹੀ ਹੈ ਕਿ ਬਿਲਕੁਲ ਇਹ ਧੱਕਾ ਕੀਤਾ ਗਿਆ। ਕੇਜਰੀਵਾਲ ਯਾਨੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਸਿੱਖਾਂ ਦੇ ਮਸਲਿਆਂ ਪ੍ਰਤੀ ਗੰਭੀਰ ਨਹੀਂ, ਸੰਜੀਦਾ ਨਹੀਂ ਹਨ। ਇਹਨਾਂ ਦੇ ਵੱਲੋਂ ਜਾਣ ਬੁੱਝ ਕੇ ਇਸ ਗੱਲ ਦੇ ਉੱਤੇ ਗੌਰ ਫਰਮਾਈ ਨਹੀਂ ਕੀਤੀ ਗਈ, ਲਾਈਟਲੀ ਲਿਆ ਗਿਆ ਤੇ ਜਿਹਦੇ ਕਰਕੇ ਆਹ ਕੁਝ ਹੋਇਆ। ਉਧਰੋਂ ਆਮ ਆਦਮੀ ਪਾਰਟੀ ਨੇ ਅਕਾਲੀਆਂ ਨੂੰ ਸਵਾਲ ਕੀਤਾ, ਉਹ ਕਹਿੰਦੇ ਜੀ ਕਿੰਨਾ ਲੰਮਾ ਸਮਾਂ ਤੁਹਾਡਾ ਬੀਜੇਪੀ ਨਾਲ ਗੱਠਜੋੜ ਰਿਹਾ, ਤੁਸੀਂ ਉਸ ਵੇਲੇ ਕਿਉਂ ਨਾ ਕੁਝ ਕੀਤਾ, ਤੁਸੀਂ ਉਸ ਵੇਲੇ ਜੋ ਕੁਝ ਕਰ ਸਕਦੇ ਸੀ ਜੇਕਰ ਕੀਤਾ ਹੁੰਦਾ ਅੱਜ ਵਾਲੇ ਹਾਲਾਤ ਨਾ ਪੈਦਾ ਹੁੰਦੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਜਿਹੜੀ ਰਿਵਿਊ ਕਮੇਟੀ ਬਣੀ ਆ ਇਹਦੀ ਅਗਵਾਈ ਕਰਦੇ ਜੀ ਲੈਫਟੀਨੈਂਟ ਗਵਰਨਰ ਦਿੱਲੀ ਦੇ, ਉਹ ਹੈਗੇ ਬੀਜੇਪੀ ਦੇ ਬੰਦੇ ਤੇ ਸਾਡਾ ਇਹਦੇ ਵਿੱਚ ਕਸੂਰ ਕੋਈ ਨੀਗਾ। ਯਾਨੀ ਕਿ ਇੱਕ ਦੂਜੇ ਦੇ ਉੱਤੇ ਤੋਮਤਾ ਮਰਨ ਦਾ ਸਿਲਸਿਲਾ ਪਹਿਲਾਂ ਵੀ ਜਾਰੀ ਸੀ, ਉਹ ਅੱਜ ਵੀ ਜਾਰੀ ਹੈ ਤੇ ਤੁਸੀਂ ਦੇਖੋ ਜੀ ਚੋਣਾਂ ਤੱਕ ਹੁਣ ਇਹ ਮੁੱਦਾ ਇਵੇਂ ਖਿੱਚਿਆ ਜਾਣਾ ਜੀ। ਅੱਛਾ, ਰਾਜਾ ਵੜਿੰਗ ਨੇ ਕੀ ਚੇਤਾਵਨੀ ਦਿੱਤੀ ਸਿੱਧੂ ਨੂੰ? ਰਾਜਾ ਵੜਿੰਗ ਨੇ ਅੱਜ ਤੜਿੰਗ ਹੋ ਕੇ ਗੱਲ ਕਹੀ ਹੈ ਜੀ। ਉਹ ਕਹਿੰਦੇ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਨੇ 2 ਟੋਕੇ ਗੱਲ ਕਹੀ ਆ ਵੀ ਜਿਸ ਤਰੀਕੇ ਦੀਆਂ ਪ੍ਰਸਥਿਤੀਆਂ ਪੈਦਾ ਕੀਤੀਆਂ ਜਾ ਰਹੀਆਂ ਇਹਨਾਂ ਦੇ ਭੁੱਲ ਜਾਣਾ ਚਾਹੀਦਾ ਵੀ ਭਾਈ ਅਸੀਂ ਤੁਹਾਨੂੰ ਇਸ ਵੇਲੇ ਕੋਈ ਲਾਈਟਲੀ ਲਵਾਂਗੇ, ਕਿਉਂਕਿ ਜਿਨ੍ਹਾਂ ਨੇ 21 ਤਰੀਕ ਨੂੰ ਰੈਲੀ ਕਰਵਾਈ ਸੀ ਯਾਨੀ ਕਿ ਮਹੇਸ਼ਿੰਦਰ ਸਿੰਘ ਨੇ, ਉਹਨਾਂ ਦੇ ਪੁੱਤ ਧਰਮਪਾਲ ਨੇ ਤੇ ਕੁਝ ਹੋਰਨਾਂ ਨੇ ਨਵਜੋਤ ਸਿੰਘ ਸਿੱਧੂ ਦੀ ਮੋਗਾ ਦੇ ਵਿੱਚ, ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਮਹੇਸ਼ਿੰਦਰ ਸਿੰਘ ਹੋਰਾਂ ਨੇ ਗੱਲ ਕਹੀ ਹੈ ਕਿ ਅਸੀਂ ਉਸ ਨੋਟਿਸ ਦਾ ਜਵਾਬ ਕੱਲ੍ਹ ਤੱਕ ਯਾਨੀ ਕਿ ਬੁੱਧਵਾਰ ਤੱਕ ਦੇ ਦੇਵਾਂਗੇ। ਤੇ ਨਾਲ ਉਹਨਾਂ ਨੇ ਇਹ ਵੀ ਸਵਾਲ ਕੀਤਾ, ਉਹ ਕਹਿੰਦੇ ਵੀ ਸਾਡਾ ਕੀ ਕਸੂਰ ਆ, ਜਿਹਨੇ ਰੈਲੀ ਕੀਤੀ ਆ ਤੁਸੀਂ ਉਹਦੇ ਬਾਰੇ ਗੱਲ ਕਰੋ, ਸਾਡਾ ਕਸੂਰ ਕੀ ਇਸ ਤਾਂ ਆਰਗੇਨਾਈਜ਼ ਹੀ ਕੀਤੀ ਸੀ, ਸਾਨੂੰ ਤੁਸੀਂ ਕਿਹੜੀ ਗੱਲੋਂ ਕਹਿੰਦੇ ਆ। ਦੂਜੀ ਗੱਲ ਇਹ ਆ, ਉਹ ਕਹਿੰਦੇ ਵੀ ਇਹ ਕਿਹੜਾ 15 ਮਿੰਟਾਂ ਦੇ ਵਿੱਚ ਰੈਲੀ ਦਾ ਪ੍ਰਬੰਧ ਕਰ ਲਿਆ ਸੀ। ਜਦੋਂ ਇਸ ਰੈਲੀ ਦੀ ਮੀਡੀਆ ਦੇ ਵਿੱਚ ਰਿਪੋਰਟ ਆਉਣ ਲੱਗੀ ਵੀ ਭਾਈ 19 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ, ਤੁਸੀਂ ਉਦੋਂ ਕਹਿੰਦੇ ਵੀ ਭਾਈ ਇਹ ਕਰਨੀ ਦੇਣੀ ਗੀ, ਸੋ ਉਹ ਕਹਿੰਦੇ ਜੀ ਕਿ ਜ਼ਿਆਦਤੀ ਕੀਤੀ ਜਾ ਰਹੀ ਹੈ। ਉਧਰ ਦਰਸ਼ਨ ਸਿੰਘ ਬਰਾੜ ਦੇ ਜਿਹੜੇ ਨਿਹਾਲ ਸਿੰਘ ਵਾਲੇ, ਉਹਨਾਂ ਨੇ ਵਾਗੇ ਪੁਰਾਣੇ ਦੇ, ਉਹਨਾਂ ਨੇ 2 ਟੁੱਕ ਗੱਲ ਕਹੀ, ਉਹ ਕਹਿੰਦੇ ਜੀ ਮੈਂ ਕਰਵਾਊ ਹੁਣ ਸਿੱਧੂ ਦੀ ਰੈਲੀ। ਮਤਲਬ ਜਿਹੜੇ ਸਿੱਧੂ ਦੇ ਖੇਮੇ ਦੇ ਵਿੱਚ ਆ ਉਹ ਲਗਾਤਾਰ ਸਿੱਧੂ ਦੇ ਪੱਖ ਦੇ ਵਿੱਚ ਬੋਲਦੇ ਆ, ਜਿਹੜੇ ਕਾਂਗਰਸ ਹਾਈਕਮਾਨ ਦੇ ਪੱਖ ਦੇ ਵਿੱਚ ਆ ਉਹ ਲਗਾਤਾਰ ਸਿੱਧੂ ਦੀ ਖਿਲਾਫਤ ਕਰਦੇ। ਮੋਗੇ ਵਾਲੀ ਰੈਲੀ ਕਾਮਯਾਬ ਰਹੀ ਵੈਸੇ, ਕਠਕੇ ਦੇ ਬਹੁਤ ਹੋ ਗਏ ਸੀ। ਹਾਂ ਦੇਖੋ ਜੀ, ਗੱਲ ਇਹ ਕਿ ਇਹਦੇ ਵਿੱਚ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਉੱਥੇ 10,000 ਬੰਦਾ ਆ ਗਿਆ ਸੀ ਜਾਂ 5,000 ਬੰਦਾ ਆ ਗਿਆ ਸੀ, ਪਰ ਇਕੱਲੇ ਕਿਉਂਕਿ ਉਹ ਇਹ ਵਨ ਮੈਨ ਰੈਲੀ ਸੀ ਅਸਲ ਦੇ ਵਿੱਚ, ਉਹਦੇ ਵਿੱਚ ਬੋਲਣ ਵਾਲਾ ਜਾਂ ਜਿਹਨੂੰ 4 ਬੰਦੇ ਜਾਣਦੇ ਉਹ ਇਕੱਲਾ ਨਵਜੋਤ ਸਿੰਘ ਸਿੱਧੂ ਹੀ ਸੀ। ਪਰ ਇਸ ਦੇ ਬਾਵਜੂਦ ਜਿਹੜਾ ਉੱਥੇ ਇਕੱਠ ਹੋਇਆ ਲਗਭਗ 2,500 ਦੋ ਤੋਂ ਲੈ ਕੇ 2,500-3,000 ਦੇ ਕਰੀਬ, ਉਹ ਵੀ ਮੈਂ ਮੰਨਦਾ ਜੀ ਭਰਮਾ ਇਕੱਠ ਹੀ ਆ, ਕਿਉਂਕਿ ਦੇਖੋ ਨਵਜੋਤ ਸਿੰਘ ਸਿੱਧੂ ਦੇ ਫੇਸ ਵੈਲਿਊ ਆ, ਉਹ ਨਾ ਹੁਣ ਵਿਧਾਇਕ ਆ, ਨਾ ਪ੍ਰਧਾਨ ਆ, ਨਾ ਚੇਅਰਮੈਨ ਆ, ਨਾ ਮੰਤਰੀ ਆ, ਨਾ MP ਆ। ਇਸ ਦੇ ਬਾਵਜੂਦ ਉਹ ਕਹਿੰਦਾ ਜੀ ਕਿ ਜਿੰਨੇ ਵੀ ਲੋਕ ਇਕੱਠੇ ਹੋਣ, ਜੇ 100 ਬੰਦਾ ਵੀ ਆਵੇ ਮੈਨੂੰ ਸੁਣਨ ਵਾਸਤੇ ਮੈਂ ਤਾਂ ਵੀ ਬੋਲੂ ਜੀ। ਮੋਟਰਸਾਈਕਲ ਨੂੰ ਅੱਗ ਲੱਗਣ ਦੇ ਹਾਦਸੇ ਦੀ ਕੀ ਕਹਾਣੀ ਹੈ? ਇਹ ਬੜੀ ਦੁਖਦਾਈ ਖਬਰ ਆਈ ਹੈ ਜੀ, ਬਹੁਤ ਹੀ ਜ਼ਿਆਦਾ ਦੁਖਦਾਈ ਖਬਰ ਆ, ਕਿਉਂਕਿ ਇਹ ਖਬਰ ਆਈ ਹੈਗੀ ਜੀ ਗੁਰਾਇਆਂ ਖੇਤਰ ਦੇ ਵੱਲੋਂ। ਜਦੋਂ ਆਪਾਂ ਜਲੰਧਰ ਤੋਂ ਜਾਂਦੇ ਜੀ ਇੱਧਰ ਲੁਧਿਆਣੇ ਦੇ ਵੱਲ, ਤੇ ਰਾਹ ਦੇ ਵਿੱਚ ਗੁਰਾਇਆਂ ਖੇਤਰ ਆਉਂਦਾ ਤੇ ਪਤਾ ਲੱਗਾ ਜੀ ਕਿ ਇੱਥੇ ਇੱਕ ਬੜਾ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਮੋਟਰਸਾਈਕਲ ਦੇ ਉੱਤੇ 2 ਜਣੇ ਜਾਂਦੇ ਆ, ਇਹ ਦੋਵੇਂ ਜਣੇ ਮੈਰਿਜ ਪੈਲਸ ਦੇ ਵਿੱਚੋਂ ਨਿਕਲੇ ਤੇ ਹਾਈਵੇ ਤੇ ਚੜ੍ਹੇ ਆ। ਸ਼ਾਇਦ ਇਹਨਾਂ ਦੇ ਵਿੱਚ ਗਲਤੀ ਸੀ ਜਾਂ ਉਧਰੋਂ ਮਰਸੀਡੀਜ਼ ਗੱਡੀ ਤੇਜ਼ ਆ ਰਹੀ ਸੀਗੀ,
ਉਹ ਗੱਡੀ ਦੀ ਲਪੇਟ ਦੇ ਵਿੱਚ ਆ ਗਏ, ਗੱਡੀ ਦੀ ਲਪੇਟ ਦੇ ਵਿੱਚ ਆ ਗਏ ਤੇ ਉਸ ਤੋਂ ਬਾਅਦ ਗੱਡੀ ਇਹਨਾਂ ਨੂੰ ਕਈ ਮੀਟਰ ਤੱਕ 100-150 ਮੀਟਰ ਤੱਕ ਰੀਸਕੇ ਨਾਲ ਹੀ ਲੱਗੀ ਆ ਤੇ ਉਹ ਇੰਨੇ ਕੁ ਉੱਥੇ ਝੰਬੇ ਗਏ, ਉਹਨਾਂ ਦਾ ਬੁਰਾ ਹਾਲ ਇੰਨਾ ਹੋ ਗਿਆ ਸਿੰਘ ਸਾਹਿਬ ਕਿ ਉੱਥੇ ਬਾਅਦ ਦੇ ਵਿੱਚ ਰੁਕ ਨਹੀਂ ਸਕੇ ਨਾ ਉਹ ਉੱਠ ਸਕੇ ਆ, ਕਿਉਂਕਿ ਇਸ ਮੋਟਰਸਾਈਕਲ ਨੂੰ ਘਲੀਸਾ ਗਿਆ ਜਦੋਂ ਤੇ ਇਹਨੂੰ ਅੱਗ ਲੱਗ ਗਈ ਆ ਤੇ ਇਹ ਦੋਵੇਂ ਜਾਣੇ ਜਿਹੜੇ ਦੋਸਤ ਸੀਗੇ ਮੋਟਰਸਾਈਕਲ ਤੇ ਸਵਾਰ ਇਹ ਜਿਉਂਦੇ ਹੀ ਮੱਚ ਗਏ ਆ, ਇਹ ਅੱਗ ਦੀ ਲਪੇਟ ਦੇ ਵਿੱਚ ਆ ਗਏ ਆ ਤੇ ਮਸਲੀ ਸਵਾਰ ਗੱਡੀ ਛੱਡ ਕੇ ਉੱਥੋਂ ਭੱਜ ਗਿਆ ਜੀ। ਅੱਛਾ, ਰਾਮ ਮੰਦਿਰ ਦੇ ਦਰਵਾਜ਼ੇ ਕਿਉਂ ਬੰਦ ਕਰਨੇ ਪਏ? ਉਹ ਜੀ ਉੱਥੇ ਇੰਨਾ ਰਸ਼ ਹੀ ਇੰਨਾ ਹੋ ਗਿਆ, ਉੱਥੇ ਲੋਕ ਹੀ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਗਏ ਆ ਵੀ ਦਰਵਾਜ਼ੇ ਬੰਦ ਕਰਨੇ ਪਏ ਆ। ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਪਹੁੰਚ ਗਏ ਤੇ ਜਿਹਦੇ ਕਰਕੇ ਮਜਬੂਰੀ ਦੇ ਵਿੱਚ ਦਰਵਾਜ਼ੇ ਬੰਦ ਕਰਨੇ ਪਏ ਆ। ਉਸ ਤੋਂ ਬੜੀ ਮਹੱਤਵਪੂਰਨ ਗੱਲ ਇਹ ਆ ਵੀ ਲੰਘੇ ਕੱਲ ਤਾਂ ਇਹ ਜਿਹੜਾ ਹੈਗੇ ਨੇ ਰਾਮ ਮੰਦਿਰ ਤੇ ਸਮਰਪਿਤ ਕੀਤਾ ਗਿਆ ਜੀ ਲੋਕਾਂ ਨੂੰ, ਕਿਉਂਕਿ ਅੱਜ ਤੋਂ ਲੋਕਾਂ ਦੀ ਉੱਥੇ ਆਮ ਲੋਕਾਂ ਦੀ ਜਾਣ ਦਾ ਕੰਮ ਸ਼ੁਰੂ ਹੋਇਆ, ਭਗਤਾਂ ਨੇ ਜਾਣ ਦਾ ਕੰਮ ਸ਼ੁਰੂ ਹੋਇਆ। ਕੱਲ ਤਾਂ VVIP ਲੋਕਾਂ ਨੇ ਉਦਘਾਟਨ ਹੀ ਕੀਤਾ ਹੈਗਾ ਜੀ, ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਸੀਗਾ। ਸੋ ਅੱਜ ਸਵੇਰੇ 9:30 ਵਜੇ ਦੇ ਕਰੀਬ ਹੀ ਇੰਨਾ ਕੁ ਉੱਥੇ ਰਸ਼ ਹੋ ਗਿਆ, ਇੰਨੀਆਂ ਕੁ ਲੰਮੀਆਂ ਕਤਾਰਾਂ ਲੱਗ ਗਈਆਂ ਵੀ ਉੱਥੇ ਕਹਿੰਦੇ ਵੀ ਜਿਹੜੀ ਫੋਰਸ ਬਹੁਤ ਵੱਡੇ ਪੱਧਰ ਤੇ ਲਾਉਣੀ ਪਈ ਆ, ਉੱਥੇ ਜਿਹੜੀ ਪੈਰਾਮਿਲਟਰੀ ਫੋਰਸ ਵੀ ਲਾਉਣੀ ਪਈ ਆ। ਫਿਰ ਮੰਦਿਰ ਦੇ ਦਰਵਾਜ਼ੇ ਐਂਟਰੀ ਵਾਲੇ ਬੰਦ ਕਰਨੇ ਪਏ ਆ ਤੇ ਜਿਹੜੇ ਲੋਕ ਅੰਦਰ ਚਲੇ ਗਏ ਸੀ ਉਹਨਾਂ ਦੇ ਬਾਹਰ ਨਿਕਲਣ ਵਾਸਤੇ ਦਰਵਾਜ਼ੇ ਖੋਲ ਦਿੱਤੇ ਗਏ ਆ। ਤੇ ਹੁਣ ਯੋਗੀ ਆਦਿੱਤਿਆ ਨਾਥ ਨੇ ਵੀ ਕਿਹਾ ਜੀ ਕਿ ਅਸੀਂ ਮੈਨੇਜਮੈਂਟ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕੁਝ ਦਿਨਾਂ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਊਗਾ ਜੀ। ਪ੍ਰਗਟ ਸਿੰਘ ਫਿਰ ਖਬਰਾਂ 'ਚ ਆਏ ਨੇ, ਮੁਹੱਲਾ ਕਲੀਨਿਕਸ ਬਾਰੇ ਕੀ ਓਪੀਨੀਅਨ ਆ ਉਹਨਾਂ ਦੀ? ਦੇਖੋ ਜੀ, ਪ੍ਰਗਟ ਸਿੰਘ ਹੋਰੀ ਚਰਚਾ ਦੇ ਵਿੱਚ ਇਸ ਕਰਕੇ ਆਏ ਆ ਕਿਉਂਕਿ ਉਹਨਾਂ ਨੇ ਆਮ ਆਦਮੀ ਕਲੀਨਿਕਾਂ ਦੇ ਉੱਤੇ ਸਵਾਲ ਖੜੇ ਕੀਤੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਦੇ ਕਲੀਨਿਕ ਆ ਜਿਹੜੇ ਉਹ ਪਹਿਲਾਂ ਮੁਹੱਲਾ ਕਲੀਨਿਕ ਸੀਗੇ, ਇਸ ਤੋਂ ਪਹਿਲਾਂ ਪਿੰਡਾਂ ਦੀਆਂ ਡਿਸਪੈਂਸਰੀਆਂ ਸੀਗੀਆਂ ਤੇ ਹੁਣ ਇਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ। ਤੇ ਉਸ ਤੋਂ ਬੜੀ ਗੱਲ ਮਹੱਤਵਪੂਰਨ ਇਹ ਆ ਵੀ ਇਸ ਵੇਲੇ ਜਿਹੜੇ ਆ ਉਹ 125 ਦੇ ਕਰੀਬ ਪੰਜਾਬ ਦੀ ਸਰਕਾਰ ਮੁਹੱਲਾ ਕਲੀਨਿਕ ਆ ਜਿਹੜੇ ਉਹ ਸਮਰਪਿਤ ਕਰਨ ਜਾ ਰਹੀ ਹੈ 26 ਤਰੀਕ ਨੂੰ, 26 ਜਨਵਰੀ ਨੂੰ ਆਮ ਲੋਕਾਂ ਨੂੰ। ਸੋ ਇਸ ਤੋਂ ਪਹਿਲਾਂ ਮੇਰਾ ਖਿਆਲ ਹੈ ਵੀ ਜੇ ਮੈਂ ਗਲਤ ਨਾ ਹੋਵਾਂ ਤਾਂ 644 ਜਾਂ 645 ਮੁਹੱਲਾ ਕਲੀਨਿਕ ਚੱਲਦੇ ਆ, ਉਹਨਾਂ ਦੇ ਉੱਤੇ ਵੀ ਕਈ ਵਾਰੀ ਸਵਾਲ ਖੜੇ ਹੋਏ ਆ। ਤੇ ਪ੍ਰਗਟ ਸਿੰਘ ਨੇ ਗੱਲ ਕਹੀ ਹੈ ਵੀ ਸੂਬੇ ਦੀ ਸਰਕਾਰ ਮੁਹੱਲਾ ਕਲੀਨਿਕ ਖੋਲਣ ਦਾ ਪ੍ਰਚਾਰ ਜਿੰਨੇ ਵੱਡੇ ਪੱਧਰ ਤੇ ਕਰ ਰਹੀ ਸੀ, ਆਹ ਕਰਤਾ ਸੀ, ਉਹ ਕਰਤਾ, ਐਂ ਕਰਤਾ, ਜਾਂ ਉਹ ਕਰਤਾ, ਟੋਂ ਕਰਤਾ, ਇਹਦੇ ਨਾਲੋਂ ਜੀ ਪ੍ਰਚਾਰ ਦੇ ਨਾਲੋਂ ਜੇਕਰ ਇਹਨਾਂ ਕਲੀਨਿਕਾਂ ਦੇ ਵਿੱਚ ਦਵਾਈਆਂ ਮੁਹੱਈਆ ਕਰਵਾਈਆਂ ਜਾਣ, ਜੇ ਆਪਦੀ ਸ਼ੋਭਾ ਖੱਟਣ ਦੀ ਥਾਂ ਦੇ ਉੱਤੇ ਤੇ ਲੋਕਾਂ ਦਾ ਆਸ਼ੀਰਵਾਦ ਲਿਆ ਜਾਵੇ, ਕੰਮ ਕੀਤਾ ਜਾਵੇ, ਦਵਾਈਆਂ ਪੂਰੀਆਂ ਹੋਣ, ਟੈਸਟ ਪੂਰੇ ਹੋਣ, ਡਾਕਟਰਾਂ ਦੀਆਂ ਸਹੂਲਤਾਂ ਪੂਰੀਆਂ ਹੋਣ ਤਾਂ ਕਿੰਨਾ ਚੰਗਾ ਹੋਊਗਾ। ਉਹਨਾਂ ਨੇ ਕਿਹਾ ਜੀ ਕਿ ਪੇਂਡੂ ਡਿਸਪੈਂਸਰੀਆਂ ਨੂੰ ਰੰਗ ਰੋਗਣ ਕਰਕੇ ਆਪਦਾ ਫੱਟਾ ਟੰਗ ਕੇ ਆਮ ਆਦਮੀ ਕਲੀਨਿਕ ਬਣਾਈ ਜਾਂਦੇ ਆ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜੀ। ਅਸਲੀਅਤ ਕੀ ਹੈ ਟੈਣਾ ਜੀ, ਇਹ ਵਾਕਈ ਪਿੰਡਾਂ ਦੀਆਂ ਉਹ ਡਿਸਪੈਂਸਰੀਆਂ ਹੀ ਨੇ ਜਿਹੜੀਆਂ ਪਹਿਲਾਂ ਹੋਇਆ ਕਰਦੀਆਂ ਸਨ? ਦੇਖੋ ਸਿੰਘ ਸਾਹਿਬ, ਗੱਲ ਇਹ ਵੀ ਕੁਝ ਉਹ ਵੀ ਹੈ, ਇਹਦੇ ਵਿੱਚ ਕੋਈ ਦੋ ਰਹਿ ਨਹੀਂ, ਕੁਝ ਉਹ ਵੀ ਆ, ਕੁਝ ਕੁ ਹੋਰ ਇਮਾਰਤਾਂ ਵੀ ਆ, ਨਵੀਆਂ ਇਮਾਰਤਾਂ ਨਹੀਂ ਉਸਾਰੀਆਂ ਗਈਆਂ, ਪਹਿਲਾਂ ਵਾਲੀਆਂ ਇਮਾਰਤਾਂ ਨੂੰ ਹੀ ਵੱਖ ਵੱਖ ਵਿਭਾਗਾਂ ਦੀਆਂ ਇਮਾਰਤਾਂ ਨੂੰ ਉਸਾਰ ਕੇ ਜਿਹੜਾ ਉਹ ਰੈਨੋਵੇਸ਼ਨ ਕਰਕੇ ਤੇ ਮੁਹੱਲਾ ਕਲੀਨਿਕ ਯਾਨੀ ਕਿ ਆਮ ਆਦਮੀ ਕਲੀਨਿਕ ਬਣਾਇਆ ਗਿਆ। ਚਲੋ ਕੋਈ ਇਹਦੇ ਤੇ ਵੀ ਨਹੀਂ ਇਤਰਾਜ਼ ਸਿੰਘ ਸਾਹਿਬ, ਦੇਖੋ ਜੇਕਰ ਕੋਈ ਬਿਲਡਿੰਗ ਬੰਦ ਪਈ ਆ, ਖੰਡਰ ਪਈ, ਉਹਨੂੰ ਸਵਾਰ ਕੇ ਜੇਕਰ ਉਹਨੂੰ ਆਮ ਆਦਮੀ ਕਲੀਨਿਕ ਬਣਾ ਦਈਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਮਾੜੀ ਗੱਲ ਹੋਊਗੀ, ਪਰ ਉਹਦੇ ਵਿੱਚ ਦਵਾਈਆਂ ਪੂਰੀਆਂ ਹੋਣ, ਉੱਥੇ ਮਰੀਜ਼ ਦੀ ਸਾਰ ਲਈ ਜਾਵੇ। ਤੇ ਹੁਣ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਦੋਸ਼ ਕਿੰਨੇ ਲੱਗੇ ਆ ਵੀ ਮੁਹੱਲਾ ਕਲੀਨਿਕਾਂ ਦੇ ਵਿੱਚ, ਆਮ ਆਦਮੀ ਕਲੀਨਿਕਾਂ ਦੇ ਵਿੱਚ ਨਾ ਡਾਕਟਰਾਂ ਨੂੰ, ਨਰਸਾਂ ਨੂੰ, ਬਾਕੀ ਸਟਾਫ ਨੂੰ ਪ੍ਰਤੀ ਮਰੀਜ਼ ਦੇ ਹਿਸਾਬ ਤੇ ਪੈਸੇ ਮਿਲਦੇ ਆ, ਤੇ ਪਰ ਉੱਥੇ ਕੋਈ ਨਕਲੀ ਐਂਟਰੀਆਂ ਕਰ ਦਿੱਤੀਆਂ ਗਈਆਂ। ਦਿਨ ਦੇ ਵਿੱਚ ਮਰੀਜ਼ 30 ਆਏ ਆ ਤੇ ਕਾਗਜ਼ਾਂ ਦੇ ਵਿੱਚ 250-300-200 ਦਿਖਾਏ ਆ। ਸੋ ਇਸ ਤਰੀਕੇ ਦੇ ਵੇਰਵੇ ਵੀ ਆ। ਸੋ ਕਈ ਥਾਵਾਂ ਤੇ ਖਬਰਾਂ ਆਈਆਂ ਜੀ ਕਿ ਦਵਾਈਆਂ ਮੁੱਕ ਗਈਆਂ, ਸੋ ਇਹਦਾਂ ਦੇ ਵੇਰਵੇ ਵੀ ਸਾਹਮਣੇ ਆਏ ਆ ਜੀ। ਤੁਹਾਨੂੰ ਲੱਗਦਾ ਕਿ ਲੋਕ ਵੀ ਕਰਪਟ ਨੇ? ਇਹਦੇ ਵਿੱਚ ਕੋਈ ਦੋ ਰਾਇਆ ਨਹੀਂ ਜੀ ਕਿ ਲੋਕ ਵੀ ਭਲੇ ਮਾਨਸ ਨਹੀਂ ਤੇ ਸਿਆਸੀ ਲੋਕ ਵੀ ਨਹੀਂ ਹੈਗੇ, ਆਮ ਲੋਕ ਵੀ ਨਹੀਂ ਭਲੇ ਮਾਨਸ। ਲੋਕਾਂ ਨੂੰ ਵੀ ਇਹ ਹੁੰਦਾ ਜੀ ਕਿ ਦੇਖੋ ਜਿੱਥੇ ਹੱਥ ਪੈਂਦਾ ਨਾ ਉੱਥੋਂ ਚੂੰਡ ਲਈਏ। ਮੈਂ ਤੁਹਾਡੇ ਨਾਲ ਅੱਗੇ ਖਬਰ ਸਾਂਝੀ ਕੀਤੀ ਸੀ ਵੀ ਬਠਿੰਡੇ ਦੇ ਵਿੱਚ ਜਿਹੜਾ ਨਸ਼ਾ ਛੁਡਾਊ ਕੇਂਦਰ ਆ ਉਹਦੇ ਬਾਹਰ ਜਿਹਨੂੰ ਓਟ ਸੈਂਟਰ ਕਹਿੰਦੇ ਆ, ਉਹਦੇ ਬਾਹਰ ਨਾ ਲੰਮੀ ਕਤਾਰ ਤੜਕੇ ਹੀ ਲੱਗ ਜਾਂਦੀ ਆ ਸਵੇਰੇ 6 ਵਜੇ, ਕਿਉਂਕਿ ਉੱਥੇ ਵਿਪਰੋ ਨੋਰਫਿਨ ਦੀ ਗੋਲੀ ਮਿਲਦੀ ਜਿਹੜੀ ਕਿ ਨਸ਼ੇ ਦੀ ਤਲਬ ਖਤਮ ਕਰਦੀ ਆ, ਤੇ ਉਹ ਮਿਲਦੀਆਂ ਜੀ ਹਫਤੇ ਦੀਆਂ ਪੂਰੀਆਂ 7, ਯਾਨੀ ਕਿ ਨਸ਼ੇ ਦੇ ਤਲਬ ਵਾਲੇ ਬੰਦੇ ਨੂੰ ਹਫਤੇ ਦੀਆਂ 7 ਗੋਲੀਆਂ ਮਿਲਦੀਆਂ, ਤੇ ਇਹ ਉਹਨਾਂ ਨੂੰ ਮਿਲਦੀਆਂ ਜਿਹੜੇ ਕਿ ਨਸ਼ਾ ਛੁਡਾਊ ਕੇਂਦਰਾਂ ਨਾਲ ਜੁੜੇ ਹੋਏ ਆ, ਜਿਨ੍ਹਾਂ ਦੇ ਕਾਰਡ ਬਣੇ ਹੋਏ ਆ। ਫ੍ਰੀ ਮਿਲਦੀਆਂ ਤੇ ਲੋਕਾਂ, ਹਾਂਜੀ ਫ੍ਰੀ ਮਿਲਦੀਆਂ ਨੇ, ਹਾਂਜੀ ਮੁਫਤ ਦੇ ਵਿੱਚ ਮਿਲਦੀਆਂ ਜੀ। ਉਹ ਨਹੀਂ, ਮੇਰਾ ਖਿਆਲ ਵੀ ਉੱਥੇ ਥੋੜਾ ਜਿਹਾ ਰੇਟ ਰੱਖਿਆ, ਬਹੁਤ ਘੱਟ ਮੇਰੇ ਖਿਆਲ 20-25 ਰੁਪਏ ਦੇ ਸ਼ਾਇਦ, ਜੇਕਰ ਮੈਂ ਗਲਤ ਨਾ ਹੋਵਾਂ ਰੇਟ ਰੱਖਿਆ। ਅੱਛਾ ਜੀ, ਪਰ ਕਮਾਲ ਦੀ ਗੱਲ ਇਹ ਆ ਵੀ ਕਈ ਲੋਕਾਂ ਨੇ ਨਕਲੀ ਕਾਰਡ ਬਣਾ ਲਏ, ਉਹ
ਨਕਲੀ ਕਾਰਡ ਬਣਾ ਕੇ ਤੇ ਉੱਥੇ ਕਤਾਰ ਚਲਾ ਕੇ 7-7 ਗੋਲੀਆਂ ਲੈ ਲਈਆਂ ਤੇ ਥੋੜੀ ਜਿਹੀ ਦੂਰ ਜਾ ਕੇ ਤੇ 200-250 ਰੁਪਏ ਦੀ ਗੋਲੀ ਵੇਚਦੇ ਆ, ਕਿਉਂਕਿ ਜਿਹਨਾਂ ਨੂੰ ਬਹੁਤ ਜ਼ਿਆਦਾ ਤਲਬ ਲੱਗਦੀ ਆ ਉਹਨਾਂ ਨੂੰ ਦਿਨ ਦੇ 2-3 ਗੋਲੀਆਂ ਚਾਹੀਦੀਆਂ, ਉਹਨਾਂ ਨੂੰ ਮਿਲਦੀ ਹੈ ਕੀ ਹੈਗੀ ਆ। ਸੋ ਲੋਕਾਂ ਦੇ ਸੁਭਾਅ ਦੇ ਵਿੱਚ ਵੀ ਬੇਈਮਾਨੀ ਬਹੁਤ ਭਰੀ ਹੋਈ ਹੈ ਜੀ। ਅੱਛਾ, ਕਹਿੰਦੇ ਸੀ ਵੀ ਮਾਇਆਵਤੀ ਉਹਨਾਂ ਨਾਲ ਸਮਝੌਤਾ ਹੋ ਜਾਣਾ, ਹੁਣ ਮਾਇਆਵਤੀ ਨੇ ਤੋੜ ਕੇ ਜਵਾਬ ਦੇ ਦਿੱਤਾ ਵੀ ਅਕਾਲੀ ਦਲ ਨਾਲ ਕੋਈ ਸਮਝੌਤਾ ਨਹੀਂ। ਹਾਂ ਬਿਲਕੁਲ ਜੀ, ਜਿਹੜੀ ਜਾਣਕਾਰੀ ਆਈ ਜਿਤਨ ਸਾਹਿਬ ਉਹ ਇਹੀ ਹੈ ਜੀ ਕਿ ਮਾਇਆਵਤੀ ਵੱਲੋਂ ਗੱਲ ਕਹਿ ਦਿੱਤੀ ਗਈ ਹੈ ਕਿ ਸਮੇਤ ਪੰਜਾਬ ਪੂਰੇ ਭਾਰਤ ਦੇ ਵਿੱਚ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ। ਪਿਛਲੇ ਕਈ ਦਿਨਾਂ ਤੋਂ ਚਰਚੇ ਚੱਲਦੇ ਆ, ਲਓ ਜੀ ਪੰਜਾਬ ਦੇ ਵਿੱਚ ਗੱਠਜੋੜ ਬਰਕਰਾਰ ਰਹੂਗਾ, ਕਦੇ ਖ਼ਬਰ ਆਉਂਦੀ ਇਹਨਾਂ ਨਾਲ ਇੱਥੇ ਨਹੀਂ ਰਹਿਣਾ ਗਾ, ਕਦੇ ਖ਼ਬਰ ਆਉਂਦੀ ਜੀ ਅਕਾਲੀ ਦਲ ਦੀ ਕਿ ਅਸੀਂ ਗੱਠਜੋੜ ਤੋੜਾਂਗੇ ਨਹੀਂ, ਕਦੇ ਖ਼ਬਰ ਆਉਂਦੀ ਜੀ ਕਿ ਟੁੱਟ ਹੀ ਜਾਣਾ ਹੈ। ਸੋ ਇੱਦਾਂ ਦੇ ਵੇਰਵੇ ਬੂਰਵੇ ਸਾਹਮਣੇ ਆਈ ਜਾਂਦੇ, ਪਰ ਹੁਣ ਜਾਣਕਾਰੀ ਮਿਲੀ ਹੈ ਵੀ ਮਾਇਆਵਤੀ ਨੇ ਗੱਲ ਕਹਿ ਦਿੱਤੀ ਹੈ ਕਿ ਗੱਠਜੋੜ ਕਿਤੇ ਵੀ ਨਹੀਂ ਰਹੇਗਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਭਾਈ ਆਉਂਦੇ ਸਮੇਂ ਦੇ ਵਿੱਚ ਆਪ ਹੀ ਇਕੱਲੇ ਚੋਣ ਲੜਾਂਗੇ, ਜਦੋਂ ਕੋਈ ਬਹੁਤ ਵਧੀਆ ਪਰਫਾਰਮੈਂਸ ਹੋਊਗੀ, ਵਧੀਆ ਹੁੰਗਾਰਾ ਮਿਲ ਗਿਆ ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਅਸੀਂ ਫੇਰ ਗੱਠਜੋੜ ਦੇ ਬਾਰੇ ਸੋਚਾਂਗੇ ਤੇ ਪਹਿਲਾਂ ਨਹੀਂ ਕੁਝ ਸੋਚਾਂਗੇ। ਪਰ ਦੂਜਾ ਪੱਖ ਇਹਦਾ ਇਹ ਥਿਨ ਸਾਹਿਬ ਬੜਾ ਨਿਰਪੱਖ ਗੱਲ ਹੈਗੀ ਆ ਵੀ ਇਸ ਵੇਲੇ ਬਸਪਾ ਨਾ ਤਾਂ ਯੂਪੀ ਦੇ ਵਿੱਚ ਤੇ ਨਾ ਹੀ ਪੰਜਾਬ ਦੇ ਵਿੱਚ ਇਸ ਕਾਬਲ ਇਸ ਸਮਰੱਥ ਨਹੀਂ ਆ ਕਿ ਬਾਅਦ ਦੇ ਵਿੱਚ ਗੱਠਜੋੜ ਕਰ ਲਵੇ, ਕਿਉਂਕਿ ਜੇ MP ਹੋਣਗੇ ਵੱਡੀ ਗਿਣਤੀ ਦੇ ਵਿੱਚ ਤੇ ਫੇਰ ਹੀ ਗੱਠਜੋੜ ਜਾਂ ਕਿਸੇ ਦੀ ਸਰਕਾਰ ਨਾ ਬਣਦੀ ਹੋਵੇ ਆਪਾਂ ਸਮਰਥਨ ਦੇ ਸਕਦੇ ਹਾਂ ਨਾ। ਤੇ ਪੰਜਾਬ ਦੇ ਵਿੱਚ ਤਾਂ ਇਕੱਲੀ ਬਸਪਾ ਇਸ ਸਮਰੱਥ ਹੈ ਹੀ ਨੀਗੀ, ਤੇ ਯੂਪੀ ਦੇ ਵਿੱਚ ਜਿੱਥੇ ਕਿਹਦਾ ਬੇਸ ਆ ਉੱਥੇ ਵੀ ਅਜੇ ਉਹ ਗੱਲ ਹੈ ਨੀਗੀ। ਸੋ ਇਸ ਕਰਕੇ ਗੱਠਜੋੜ ਉਹ ਕਦੇ ਪਹਿਲਾਂ ਕਰਨਾ ਨੀਗਾ ਤੇ ਮਗਰੋਂ ਦੇ ਬਾਰੇ ਰੱਬ ਜਾਣਦਾ ਜੀ। ਕੈਪਟਨ ਸਾਹਿਬ ਪਹਿਲਾਂ ਹੀ ਭਾਜਪਾ ਚਲੇ ਗਏ ਸੀ, ਹੁਣ ਪ੍ਰਨੀਤ ਕੌਰ ਜੀ ਵੀ ਚੱਲੇ? ਹਾਂ ਬਿਲਕੁਲ ਜੀ, ਚਲੇ ਹੀ ਜਾਣਾ। ਇਹ ਤਾਂ ਦੇਖੋ ਅੰਦਰ ਖਾਤੇ ਤਾਂ ਆਪਾਂ ਕਹਿ ਹੀ ਸਕਦੇ ਵੀ ਚਲੇ ਹੀ ਗਏ ਆ, ਰਸਮੀ ਤੌਰ ਤੇ ਐਲਾਨ ਹੀ ਹੋਣਾ ਬਾਕੀ ਆ, ਕੋਈ ਕਸਰ ਤਾਂ ਬਾਕੀ ਹੈ ਨੀਗੀ, ਉਹ ਹੈ ਹੀ BJP ਦੇ ਪਾਲੇ ਦੇ ਵਿੱਚ। ਹੁਣ ਤਾਂ ਪਤੀ ਦੇ ਪਹਿਲਾਂ ਹੀ ਉੱਥੇ ਆ, ਖਬਰਾਂ ਉੱਡ ਗਈਆਂ ਵੀ ਪਰਿਵਾਰ ਦੇ ਜੀਆਂ ਨੇ ਐਤਕੀ ਧੀ ਰਾਣੀ ਨੇ ਚੋਣ BJP ਦੇ ਵੱਲੋਂ ਸ਼ਾਇਦ ਲੜਨੀ ਆ ਪਟਿਆਲਾ ਤੋਂ। ਤੇ ਪ੍ਰਨੀਤ ਕੌਰ ਦੇ ਬਾਰੇ ਅੱਜ ਰਾਜਾ ਵੜਿੰਗ ਨੇ ਗੱਲ ਕਹੀ, ਉਹ ਕਹਿੰਦੇ ਜੀ ਕਿਤੋਂ ਵੀ ਲੜਨ, BJP ਵੱਲੋਂ ਲੜਨ, ਫਲਾਣੀ ਪਾਰਟੀ ਵੱਲੋਂ ਲੜਨ ਫਲਾਣੀ, ਪਰ ਐਤਕੀ ਕਾਂਗਰਸ ਟਿਕਟ ਨਹੀਂ ਦੇਊਗੀ ਪ੍ਰਨੀਤ ਕੌਰ ਨੂੰ, ਕਿਉਂਕਿ ਇਹਨਾਂ ਨੂੰ ਤਾਂ ਬਰਖਾਸਤ ਕੀਤਾ ਹੋਇਆ ਹੈ। ਸੋ ਸਮੇਂ ਸਮੇਂ ਤੇ ਪ੍ਰਨੀਤ ਕੌਰ ਦੇ ਖਿਲਾਫ਼ ਪਹਿਲਾਂ ਵੀ ਆਵਾਜ਼ ਉੱਠੀ ਹੈ ਵੀ ਹੈਗੇ ਪਾਰਟੀ ਦੇ ਵਿੱਚ ਨੇ, ਕਾਂਗਰਸ ਦੇ ਵਿੱਚ, ਪਰ ਸ਼ਾਮਿਲ ਕਈ ਵਾਰ BJP ਦੇ ਪ੍ਰੋਗਰਾਮਾਂ ਦੇ ਵਿੱਚ ਵੀ ਹੁੰਦੇ ਆ, ਮੰਚ ਤੇ ਉਹਨਾਂ ਦੇ ਨਾਲ ਵੀ ਖੜੇ ਹੁੰਦੇ BJP ਦੇ ਨੇਤਾਵਾਂ ਦੇ ਨਾਲ ਵੀ। ਪਰ ਦੇਖੋ ਗੱਲ ਆਉਂਦੇ ਦਿਨਾਂ ਦੇ ਵਿੱਚ ਬਿਲਕੁਲ ਚਿੱਟੇ ਦਿਨ ਵਾਂਗੂ ਸਾਫ਼ ਹੋ ਜਾਣੀ ਆ ਵੀ ਰਸਮੀ ਤੌਰ ਤੇ ਉੱਤੇ ਪਾਲੇ ਬਦਲਣਾ ਜੀ। ਤੇ 6 ਤੋਲੇ ਦੀ ਜਿਹੜੀ ਸੋਨੇ ਦੀ ਚੋਰੀ ਸੀ ਉਹਦਾ ਕੀ ਬਣਿਆ? ਇਹ ਜੀ ਜਗਰਾਉਂ ਤੋਂ ਖ਼ਬਰ ਆਈ ਥਨ ਸਾਹਿਬ, ਬੰਦੇ ਕਈ ਵਾਰੀ ਆਪ ਹੀ ਸਾਰਾ ਕੁਛ ਨਾ ਉਹਦਾ ਚੱਕਣ ਚੱਕਣਾ ਪੈਂਦਾ। ਇੱਥੇ ਪਤਾ ਲੱਗਾ ਜੀ ਕਿ ਇੱਕ ਬੰਦੇ ਦੇ ਘਰ ਦੇ ਵਿੱਚੋਂ ਨਾ 6 ਤੋਲੇ ਦੀ ਜਿਹੜੀ ਆ ਮੁੰਦਰੀ ਦੀ ਚੋਰੀ ਹੋ ਗਈ ਜੀ, ਲਗਭਗ 5-6 ਮਹੀਨੇ ਪਹਿਲਾਂ। ਉਹਨੇ ਪੁਲਿਸ ਦੇ ਕੋਲੇ ਵੀ ਪਹੁੰਚ ਕੀਤੀ, ਪਰ ਪੁਲਿਸ ਵੀ ਕੀ ਕਰਦੀ ਹੈ, ਇਕੱਲੀ ਦੇਖੋ ਅਰਜ਼ੀ ਰਹਿ ਜਾਂਦੀ ਹੈ, ਕਿਸੇ ਦਾ ਮੋਬਾਈਲ ਗੁਆਚਿਆ ਹੋਵੇ ਉਹ ਇਕੱਲੀ ਪੁਲਿਸ ਦੇ ਕੋਲੇ ਅਰਜ਼ੀ ਹੁੰਦੀ ਆ, ਹੋਰ ਕੱਖ ਨਹੀਂ ਹੁੰਦਾ ਉੱਥੇ। ਤੁਹਾਡੇ ਕੋਲ ਪਰਸ ਗੁਆਚ ਗਿਆ, ਪੁਲਿਸ ਨੇ ਕੁਛ ਨਹੀਂ ਕਰਨਾ, ਮੇਰੇ ਵਰਗੇ ਬੰਦੇ ਦਾ ਮੋਟਰਸਾਈਕਲ ਗੁਆਚ ਗਿਆ ਉਹਦਾ ਕੁਛ ਨਹੀਂ ਕਰਨਾ, ਮੇਰਾ ਤਾਂ ਗੁਆਚਿਆ ਵੀ ਸੀ ਅੱਜ ਤੱਕ ਨਹੀਂ ਲੱਭਿਆ, 10 ਸਾਲ ਹੋ ਗਏ ਆ। ਪਰ ਦੂਜੀ ਗੱਲ ਇਹ ਹੈ ਥਿਨ ਸਾਹਿਬ ਵੀ ਇਸ ਮਾਮਲੇ ਦੇ ਵਿੱਚ ਨਾ ਬੰਦੇ ਨੇ ਆਪ ਹੀ ਚੌਕਸੀ ਵਰਤੀ ਹੈ, ਉਹ ਬੰਦੇ ਨੇ ਦੇਖੋ ਪਿੰਡ ਦੇ ਹੀ ਬੰਦੇ ਨੇ ਚੱਕੀ ਸੀ ਦੇ ਘਰ ਦੇ ਵਿੱਚੋਂ, ਤੇ 6-5 ਮਹੀਨੇ ਬਾਅਦ ਉਹ ਕਿਤੇ ਉਂਗਲ ਦੇ ਵਿੱਚ ਪਾ ਕੇ ਟੌਰ ਸ਼ੋਰ ਮਾਰਦਾ ਫਿਰਦਾ ਹੋਣਾ, ਇਹਨੇ ਆਪਦੀ ਮੁੰਦੀ ਪਛਾਣ ਲਈ, ਜਾ ਕੇ ਉਹਨੂੰ ਦਬੋਚ ਲਿਆ ਤੇ ਪੁਲਿਸ ਦੇ ਕੋਲੇ ਹਵਾਲੇ ਕਰਤਾ, ਹੁਣ ਪੁਲਿਸ ਨੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਜੀ। ਤੇ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਜਾ ਰਹੇ ਨੇ? ਬਿਲਕੁਲ ਜੀ, ਕੱਲ ਨੂੰ ਜਾ ਰਹੇ ਆ, 11:30 ਦੇ ਕਰੀਬ ਆ ਜਿਹੜਾ ਉਹ ਸਮੇਂ ਜਾ ਰਹੇ ਆ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਦੇ ਵਿੱਚ ਕਈ ਹੋਰਾਂ ਦਾ ਵੀ ਯੋਗਦਾਨ ਆ, ਪਰ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਇੱਕ ਆ। ਸੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੱਲ ਨੂੰ ਜਾ ਕੇ ਉੱਥੇ ਨਤਮਸਤਕ ਹੋਇਆ ਜਾਊਗਾ ਤੇ ਬਾਕੀ ਉੱਥੇ ਜਾ ਕੇ ਕੀ ਵਿਚਾਰ ਸਾਂਝੇ ਕਰਦੇ ਵਕਤ ਦੱਸੂਗਾ, ਪਰ ਇਹਨਾਂ ਦੇ ਵੱਲੋਂ ਕੱਲ ਨੂੰ ਜਾਇਆ ਜਾਣਾ ਜੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਦੇ ਲਈ। ਪਾਕਿਸਤਾਨ ਮਿਲਟਰੀ ਦੇ ਕਈ ਵੱਡੇ ਅਫਸਰ ਵੀ ਇਹਨਾਂ ਦੇ ਯਾਰ ਨੇ ਉੱਥੇ। ਹਾਂ ਬਿਲਕੁਲ ਜੀ, ਉਦੋਂ ਜੱਫੀ ਦੀ ਵੀ ਚਰਚਾ ਬੜੀ ਹੋਈ ਸੀ। ਤੇ ਟਣਾ ਜੀ, ਪੰਜਾਬ ਦਾ ਮੌਸਮ ਕਿਹੋ ਜਿਹਾ? ਅਥਨ ਸਰ, ਪੰਜਾਬ ਦੇ ਵਿੱਚ ਨਾ ਔਰੇਂਜ ਅਲਰਟ ਜਾਰੀ ਕੀਤਾ ਗਿਆ 4 ਦਿਨ ਦੇ ਲਈ। ਪੰਜਾਬ ਦੇ ਵਿੱਚ 4 ਦਿਨ ਹਾਲੇ ਸੀਤ ਲਹਿਰ ਬਰਕਰਾਰ ਰਹਿਣੀ ਹੈ। ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ 2-3 ਘੰਟੇ ਦੁਪਹਿਰ ਦੇ ਵੇਲੇ 1:30-2 ਵਜੇ ਦੇ ਕਰੀਬ ਧੁੱਪ ਨਿਕਲੀ ਆ, ਥੋੜੀ ਜਿਹੀ ਰਾਹਤ ਮਿਲੀ ਆ। ਧੁੱਪ ਕਿਤੇ ਸਿੱਲੀ ਜੀ ਸੀ ਤੇ ਕਿਤੇ ਥੋੜੀ ਜਿਹੀ ਕੜਕ ਵੀ ਸੀਗੀ, ਚੰਗੀ ਲੱਗੀ ਆ, ਪਰ ਇਸ ਦੇ ਬਾਵਜੂਦ ਠੰਡ ਪੂਰੀ ਆ। ਪੰਜਾਬ ਦੇ ਵਿੱਚ ਘੱਟੋ ਘੱਟ ਤਾਪਮਾਨ ਲਗਭਗ 4 ਡਿਗਰੀ ਤੇ ਵੱਧ ਤੋਂ ਵੱਧ 10 ਤੋਂ ਲੈ ਕੇ 11 ਡਿਗਰੀ ਤੱਕ ਹੈਗਾ। ਸਵਰਨ ਸਿੰਘ ਟੈਣਾ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ।